ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਚੈਰੀਟੇਬਲ ਸੁਸਾਇਟੀ ਟੀਮ ਅੱਜ ਲਾਈਫਲਾਈਨ ਹੋਸਪਿਟਲ ਰੁਦਰਪੁਰ ਪਹੁੰਚੀ ਹੈ, ਜਿੱਥੇ ਕਿ ਕੁਛ ਦਿਨ ਪਹਿਲਾਂ ਮਾਤਾ ਜੀ ਨੂੰ ਲਗਭਗ ਇੱਕ ਹਫ਼ਤਾ ਹੋ ਗਿਆ ਇੱਥੇ ਐਡਮਿਟ ਕਰਾਇਆ ਸੀ। ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਸੀ, ਖਾਇਆ ਪੀਆ ਜੋ ਵੀ ਹੁੰਦਾ ਸੀਗਾ ਉਹ ਪਚਦਾ ਨਹੀਂ ਸੀ, ਲੀਵਰ 'ਚ ਦਿੱਕਤ ਸੀ ਔਰ ਕਿਡਨੀ ਦੇ ਵਿੱਚ ਵੀ ਇਹਨਾਂ ਦੇ ਸਟੋਨ ਸੀਗਾ। ਔਰ ਇਹਨਾਂ ਦਾ ਹੁਣ ਟ੍ਰੀਟਮੈਂਟ ਕੰਪਲੀਟ ਹੋ ਗਿਆ ਔਰ ਡਾਕਟਰ ਸਾਹਿਬ ਨੇ ਅੱਜ ਛੁੱਟੀ ਦੇ ਦਿੱਤੀ ਹੈ ਔਰ 10 ਦਿਨ ਦੀ ਦਵਾਈ ਨਾਲ ਦਿੱਤੀ ਹੈ। ਔਰ ਮਾਤਾ ਜੀ ਹੁਣ ਬਿਲਕੁਲ ਠੀਕ ਨੇ, ਅੱਜ ਮਾਤਾ ਜੀ ਆਪਣੇ ਘਰ ਜਾ ਸਕਣਗੇ। ਔਰ ਭੈਣ ਜੀ ਨੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਮਾਤਾ ਜੀ ਬਾਰੇ ਦੱਸਿਆ ਸੀ ਕਿ ਮਾਤਾ ਜੀ ਦੇ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਔਰ ਇਹਨਾਂ ਨੂੰ ਦਵਾਈ ਦੀ ਬਹੁਤ ਲੋੜ ਹੈ। ਔਰ ਇਹਨਾਂ ਦੇ ਹਸਬੈਂਡ ਦਾ ਐਕਸੀਡੈਂਟ ਲਗਭਗ 18 ਸਾਲ ਹੋ ਗਏ ਨੇ, ਪਹਿਲਾਂ ਹੋ ਗਿਆ ਸੀਗਾ ਔਰ ਖਤਮ ਹੋ ਗਏ, ਹੁਣ ਮਾਤਾ ਜੀ ਇਕੱਲੇ ਨੇ, ਬੱਚਾ ਕੋਈ ਨਹੀਂ ਇਹਨਾਂ ਦੇ ਨਾਲ ਔਰ ਪੈਸੇ ਵੱਲੋਂ ਵੀ ਕਾਫੀ ਪਰੇਸ਼ਾਨੀ ਸੀ। ਸੋ ਗੁਰੂ ਨਾਨਕ ਚੈਰੀਟੇਬਲ ਸੁਸਾਇਟੀ ਵੱਲੋਂ ਅੱਜ ਇਹਨਾਂ ਦਾ ਟ੍ਰੀਟਮੈਂਟ ਪੂਰਾ ਕਰਵਾਇਆ ਗਿਆ ਔਰ ਲਗਭਗ 10 ਤੋਂ 15 ਹਜ਼ਾਰ ਰੁਪਇਆ ਖਰਚਾ ਇਹਨਾਂ ਦਾ ਇੱਥੇ ਆਇਆ, ਜਿਹੜਾ ਕਿ ਸੁਸਾਇਟੀ ਵੱਲੋਂ ਅੱਜ ਪੇ ਕੀਤਾ ਜਾਏਗਾ ਹੋਸਪਿਟਲ ਨੂੰ। ਔਰ ਅਸੀਂ ਇਹ ਭੈਣ ਜੀ ਹੋਰਾਂ ਦਾ ਔਰ ਨਾਲ ਹੀ ਇਹ ਲਾਈਫਲਾਈਨ ਹੋਸਪਿਟਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪੇਸ਼ੈਂਟ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਔਰ ਇਹਨਾਂ ਨੂੰ ਬਿਲਕੁਲ ਠੀਕ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।